हाँ जी, हेलो जी, सत श्री अकाल माता जी। हाँ जी, सत श्री अकाल जी। मैं डॉक्टर जतिंदर सिंह मट्टू बोलता जी। हाँ जी, हाँ जी। बड़ा माड़ा होया जी बेटी का, है ना सर? इस तो माड़ा की हो सकता? मेरी इको एक बेटी सी, इन्नी इंटेलीजेंट सी, तो मेरा हुण फ्यूचर क्या रहा? इस तो बड़ा माड़ी कोई गल हो सकती है? बहुत ज्यादा ज्यादती की है जी। हाँ जी, तो फिर ओहदा कतल किया गया। इस तो बड़ी माड़ी गल की हो सकती है? ओनू मार के पखे नाल लटकाया गया। ओके। हाँ जी, ते तुसी भी इहदे खिलाफ कदे कंप्लेंटां करदे सी? तुसी दस्सिया जिवें एफआईआर सी तो बेटी नूं। हां, तुसी दस्सदी सी कि गुड़िया अपनी? ਉਹ ਤਾਂ ਸਰ 6 ਸਾਲਾਂ ਤੋਂ ਰੌਲਾ ਪਾਈ ਗਈ ਵੀ ਮੇਰੇ ਨਾਲ ਜਾਤੀ ਹੁੰਦੀ, ਧੱਕਾ ਹੁੰਦਾ, ਵੀ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਆ। ਤੇ ਨਾਲ ਉਹ ਜੇ ਅਸੀਂ ਕਹਿੰਦੇ ਸੀ ਵੀ ਕਿਸੇ ਨੂੰ ਦੱਸ ਦੇਣਾ, ਨਾਲ ਉਹ ਕਹਿੰਦੀ ਸੀਗੀ ਜੇ ਅਸੀਂ ਕਹਿੰਦੇ ਸੀ ਨਾ ਕਿਸੇ ਨੂੰ ਦੱਸ ਦਿੰਦੇ ਆਪਾਂ, ਕੋਈ ਬੰਦਾ ਕਰ ਲੈਂਦੇ, ਪੁੱਛ ਲੈਂਦੇ ਆ, ਉਹ ਕਹਿੰਦੀ ਸੀ ਮੰਮੀ ਜੇ ਅਸੀਂ ਕਿਸੇ ਨੂੰ ਕਹਿ ਤਾ ਇਹਨੇ ਮੈਨੂੰ 10 ਸਾਲ ਇੱਥੇ ਰੱਖਣਾ। ਇਹਨੇ ਪਹਿਲਾਂ ਵੀ 2 ਕੁੜੀਆਂ 15 ਬੈਚ ਦੀਆਂ ਹਜੇ ਤੱਕ ਕੱਢੀਆਂ ਨਹੀਂ। हाँ जी, अच्छा। ते भी ये कढ़दे नहीं, इत्थे रख लैंदे आ भी इस करके असी किसी बंदे नूं हजे गल नहीं करनी। ते फिर असी उहनूं कहंदे सी भी कोई गल नहीं, तू टाइम कढ आपां फिर बाद च इन्हां नाल देखांगे। ते तू हजे डिग्री लैण दी गल कर पे, जे विचों इही गल आ। ਉਹਨੂੰ ਅਸੀਂ ਇੰਨਾ ਰੋਂਦੀ ਸੀ, ਉਹਨੂੰ ਮੋਟੀਵੇਟ ਕਰੀ ਜਾਣਾ। ਇੰਟੈਲੀਜੈਂਟ ਬਹੁਤ ਸੀਗੀ ਉਹ, ਤਾਂ ਕਹਿੰਦੀ ਸੀ ਮੈਂ IAS ਆਫਿਸਰ ਬਣਨਾ। ਹੁਣ ਤਿਆਰੀ ਵੀ ਉਹਨੇ ਸ਼ੁਰੂ ਕਰਤੀ ਸੀ। ਕਹਿੰਦੀ ਮੰਮੀ ਹੁਣ ਮੇਰੇ 3 ਮਹੀਨੇ ਰਹਿ ਗਏ ਆ, ਮੇਰੇ ਆਉਣ ਤੋਂ ਪਹਿਲਾਂ ਤੁਸੀਂ ਕੈਬਨ ਬਣਾ ਦਿਓ ਮੇਰਾ, ਜਿਸ ਵੌਇਸ ਮਤਲਬ ਬਾਹਰੋਂ ਕੋਈ ਆਵਾਜ਼ ਨਾ ਆਵੇ, ਤੇ ਇਹ ਨਾ ਹੋਵੇ ਮੇਰੇ ਤੁਸੀਂ ਟਾਈਮ ਵੇਸਟ ਕਰ ਦਿਓ। ਵੀ ਮੈਂ 3 ਮਹੀਨਿਆਂ ਬਾਅਦ ਆ ਜਾਣਾ, ਤੇ ਮੈਂ ਆਉਂਦੀ ਨਹੀਂ, ਪ੍ਰੋਪਰਲੀ ਆਪਣੀ ਤਿਆਰੀ ਕਰਨੀ ਸ਼ੁਰੂ ਕਰਨੀ। ਇੱਥੇ ਤਾਂ ਮੈਨੂੰ ਜਾਣਾ ਪੈਂਦਾ ਬਾਹਰ, ਇੰਟਰਨਸ਼ਿਪ ਦੇ ਲਈ ਡਿਊਟੀ ਲੱਗਦੀ ਸੀ ਨਾ ਬਾਹਰ, ਹੁਣ ਜਿੱਦਾਂ ਸਿਵਲ ਹੋਸਪਿਟਲ ਲੱਗੀ ਸੀ। ਤੇ ਇਸ ਤਰ੍ਹਾਂ ਉਹਨੇ ਬਹੁਤ ਰੋਈ। ਹੁਣ ਤਾਂ ਮੇਰੇ ਕੋਲ ਵੀ ਉਹਦਾ ਜਿਹੜਾ ਰੋਣਾ ਆ ਸਹਿਣ ਨਹੀਂ ਸੀ ਹੁੰਦਾ, ਮੈਂ ਵੀ ਰੋਣ ਲੱਪਣ ਦੀ ਸੀ। ਇਹ ਗੱਲ ਮੈਂ ਉਹਦੇ ਪ੍ਰਿੰਸੀਪਲ ਮੈਡਮ ਨੂੰ ਵੀ ਦੱਸ ਕੇ ਆਈ। ਮੈਂ ਕਿਹਾ ਮੇਰੇ ਕੋਲ ਹੁਣ ਟੋਲਰੇਟ ਨਹੀਂ ਹੁੰਦਾ, ਜਦੋਂ ਇਹ ਰੋਂਦੀ ਆ ਤੇ ਮੈਂ ਵੀ ਰੋਣ ਲੱਪਣਦੀ ਆ। ਮੈਂ ਕਿਹਾ ਬਹੁਤ, ਜਾਣੀ ਕਿ ਅਸੀਂ ਇੱਕ ਵਾਰ ਨਹੀਂ ਮਿਲੇ ਉਹਨਾਂ ਨੂੰ, ਅਨੇਕਾਂ ਵਾਰ ਮਿਲੇ। ਅਸੀਂ ਟੀਚਰਸ ਦਾ ਨਾਂ ਲੈਂਦੇ ਨਹੀਂ ਸੀ ਵੀ ਨਹੀਂ ਇਹਨੂੰ ਰੱਖ ਲੈਣਾ, ਪਰ ਬੱਚਿਆਂ ਦਾ ਅਸੀਂ ਬਹੁਤ ਵਾਰ ਕਿਹਾ। ਅਸੀਂ ਡੀਨ ਨੂੰ ਵੀ ਮਿਲੇ, ਅਸੀਂ ਪ੍ਰਿੰਸੀਪਲ ਨੂੰ ਵੀ ਮਿਲੇ, ਅਸੀਂ ਹੋਸਟਲ ਸੁਪਰਡੈਂਟ ਨੂੰ ਵੀ ਮਿਲੇ, ਅਸੀਂ HOD ਗਾਇਨੀ ਨੂੰ ਵੀ ਮਿਲੇ, ਅਸੀਂ ਉਹ ਜਿਹੜੇ ਰਜਿਸਟਰਾਰ ਆ ਉਹਨਾਂ ਨੂੰ ਵੀ ਮਿਲੇ। ਪਤਾ ਨਹੀਂ ਕਿੰਨੀ ਕੁ ਵਾਰ ਅਸੀਂ ਗਏ 6 ਸਾਲਾਂ 'ਚ। ਇੱਕ ਵਾਰੀ ਮੈਨੂੰ ਇਹ ਪਤਾ ਲੱਗਿਆ ਵੀ ਕੋਈ ਟੀਚਰ ਸੀ ਜਿਹੜੀ ਇਹਨੂੰ ਫੜ ਕੇ ਮਾਲੀ ਕੋਲ ਵੀ ਲੈ ਗਈ ਸੀ। ਉਹ ਗੱਲ ਹਾਂਜੀ, ਇਹ ਵੀ ਗੱਲ ਸਹੀ ਹੈ। ਇਕਾਤ ਇੱਥੋਂ ਦੀ ਹੈ। ਹਾਂਜੀ। ਇਹ ਕਦੋਂ ਹੋਇਆ ਸੀ? ਇਹ ਫਾਈਨਲ ਪ੍ਰੋਫ ਦੀ ਗੱਲ ਆ। ਅੱਛਾ। ਉਹਦਾ ਪ੍ਰੈਕਟੀਕਲ ਸੀਗਾ। ਅੱਛਾ। ਜਦੋਂ ਪ੍ਰੈਕਟੀਕਲ ਉਹ ਦੇਣ ਲਈ ਉਹਦੀ ਵਾਰੀ ਆਈ, ਪ੍ਰੈਕਟੀਕਲ ਲੈਂਦੇ ਹੁੰਦੇ ਨਾ, ਜਦੋਂ ਉਹਦੀ ਪ੍ਰੈਕਟੀਕਲ ਦੇਣ ਦੀ ਵਾਰੀ ਆਈ, ਪਹਿਲਾਂ ਤਾਂ ਕਹਿੰਦੀ ਆਹ ਜਿਹੜਾ ਸਾਡਾ ਸਭ ਤੋਂ ਨਲਾਇਕ ਸਟੂਡੈਂਟ ਆ ਗਿਆ। ਅੱਛਾ। ਉਹ ਇੰਟਰਨ ਵੀ ਆਏ ਹੁੰਦੇ ਨਾ ਉੱਥੇ। ਹਾਂ। ਇੰਟਰਨਾਂ ਦੇ ਸਾਹਮਣੇ ਉਹਨੂੰ ਕਹਿੰਦੀ ਆ ਸਾਡਾ ਸਭ ਤੋਂ ਨਲਾਇਕ ਸਟੂਡੈਂਟ ਆ ਗਿਆ। ਓਏ ਹੋਏ। ਫਿਰ ਉਹਨੂੰ ਕਹਿੰਦੀ ਇਹ ਤਾਂ ਗੱਲ ਹੈਗੀ ਜਦੋਂ ਇੰਟਰਨ ਬੈਠੇ ਸੀ। ਜਿਹੜੀ ਆ ਉਹ ਮਾਲੀ ਵਾਲੀ ਗੱਲ, ਉਹ ਉਸ ਵੇਲੇ ਉਹ ਕੱਲੀ ਸੀ। ਕਹਿੰਦੀ ਆ ਬਾਹਰ ਮਾਲੀ ਨੂੰ ਜਰਾ ਬੁਲਾ ਕੇ ਲੈਣ। ਇਹਨੇ ਤਾਂ ਫਿਰ ਟੀਚਰ ਦਾ ਕਹਿਣਾ ਤਾਂ ਮੰਨਣਾ ਹੀ ਹੁੰਦਾ। ਗਈ ਇਹ ਮਾਲੀ ਨੂੰ ਬੁਲਾ ਲਈ। ਕਹਿੰਦੀ ਉਹਦੇ ਹੱਥ 'ਚ ਰੰਬਾ ਸੀ। ਕਹਿੰਦੀ ਆ ਦੇਖ ਤੁਹਾਡੀ ਔਕਾਤ ਆ ਆ ਜਿਹੜੀ ਇਹਦੀ ਆ, ਤੁਸੀਂ ਤਾਂ ਇੱਥੇ ਆ ਗਏ ਆ, ਤੁਸੀਂ ਇਸ ਲੈਵਲ ਦੇ ਹੈਗੇ ਆ ਜਿੱਥੇ ਤੁਸੀਂ ਆ ਕੇ ਬਹਿ ਗਏ ਆ। ਇਹ ਕੌਣ ਸੀ? ਉਹਦਾ ਕੀ ਨਾਮ ਸੀ? ਉਹਦਾ ਨਾਂ ਡਾਕਟਰ ਗਾਇਨੀ ਦੀ ਸੀਗੀ HOD ਡਾਕਟਰ ਸੰਗੀਤਾ ਪਾਵਾ। ਹਾਂਜੀ। ਉਹਨੇ ਇਹ ਸ਼ਬਦ ਕਹੇ ਤੇ ਇਹਨੂੰ ਅਕਸਰ ਸਟੂਡੈਂਟ ਸਾਰੇ ਨਹੀਂ, ਜਾਣੀ ਕਿ ਉਹਦੇ ਮਗਰ ਪਾਇਓ ਸੀਗੇ ਵੀ ਇਹਨੂੰ ਕਹਿੰਦੇ ਸੀਗੇ ਵੀ ਅਸੀਂ ਤੈਨੂੰ ਡਿਗਰੀ ਨਹੀਂ ਲੈਣ ਦੇਣੀ। ਤੇ ਅਸੀਂ ਕਿ ਇੱਦਾਂ ਕਿੱਦਾਂ ਰੋਕ ਲੂਗੇ? ਹੁਣ ਤਾਂ ਉਹ ਜ਼ਿਆਦਾ ਹੀ ਕਹਿੰਦੀ ਸੀ ਥੋੜੇ, ਜਾਣੀ ਕਿ ਮਹੀਨੇ ਕੁ ਤੋਂ ਵੀ ਮੈਨੂੰ ਡਿਗਰੀ ਨਹੀਂ ਲੈਣ ਦੇਣੀ। ਅਸੀਂ ਕਿ ਇੱਦਾਂ ਕਿੱਦਾਂ ਰੋਕ ਲਓਗੇ? ਫਿਰ ਹੀ ਨਹੀਂ ਜਿਹੜਾ ਇੱਕ ਪ੍ਰੋਵੀਜ਼ਨਲ ਸਰਟੀਫਿਕੇਟ ਬਣ ਕੇ ਆਉਂਦਾ ਸਾਰੇ ਬੱਚਿਆਂ ਦਾ ਆ ਗਿਆ, ਸਾਰੇ ਬੱਚਿਆਂ ਨੂੰ ਦੇ ਵੀ ਦਿੱਤਾ। ਫਿਰ ਉਹਨਾਂ ਨੂੰ ਬੱਚਿਆਂ ਨੂੰ ਕਿਹਾ ਵੀ ਤੁਸੀਂ ਪਾਓ ਜੇ ਕੋਈ ਕਰੈਕਸ਼ਨ ਵਾਲੀ ਗੱਲ ਆ। ਇਹ ਹੈਗੀ ਕੋਈ ਹਫ਼ਤੇ ਕੁ ਦੀ ਗੱਲ। ਤੇ ਉਹ ਕਹਿੰਦੀ ਮੰਮੀ ਵੀ ਮੇਰਾ ਨਹੀਂ ਆਇਆ, ਮੈਨੂੰ ਸਕੂਲ ਉਹਨੇ ਫੋਨ ਕੀਤਾ, ਮੈਂ ਵੀ ਟੀਚਰ ਹੈ ਨਾ। ਉਹਨੇ ਮੈਨੂੰ ਸਕੂਲ ਫੋਨ ਕੀਤਾ ਰੋਂਦੀ ਨੇ, ਕਹਿੰਦੀ ਮੰਮੀ ਵੀ ਸਾਰਿਆਂ ਦਾ ਆ ਗਿਆ, ਮੇਰਾ ਸਰਟੀਫਿਕੇਟ ਨਹੀਂ ਅਜੇ ਆਇਆ। ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਬੇਟੇ ਇੱਦਾਂ ਰੋਈ ਦਾ ਨਹੀਂ ਹੁੰਦਾ, ਵੀ ਰੋਣਾ ਕੋਈ ਸਮੱਸਿਆ ਦਾ ਹੱਲ ਨਹੀਂ ਹੈਗਾ। ਮੈਂ ਆਪਾਂ ਇਹਨਾਂ ਨੂੰ ਪੁੱਛ ਲੈਂਦੇ ਹਾਂ, ਤੂੰ ਇੱਦਾਂ ਕਰ ਸਟੂਡੈਂਟ ਸੈਕਸ਼ਨ ਜਾ ਤੇ ਉਹਨਾਂ ਨੂੰ ਪੁੱਛ ਵੀ ਮੇਰਾ ਕਿਉਂ ਨਹੀਂ ਆਇਆ ਜੇ ਬਾਕੀ ਸਾਰਿਆਂ ਦਾ ਆ ਗਿਆ। ਉਹ ਬੇਟੀ ਗਈ ਸਟੂਡੈਂਟ ਸੈਕਸ਼ਨ ਤੇ ਉਹਨਾਂ ਨੇ ਕੀ ਕੀਤਾ, ਉਹ ਜਦੋਂ ਪੁੱਛਿਆ ਵੀ ਨਹੀਂ ਆਇਆ ਤੂੰ ਫਾਰਮ ਨੰਬਰ ਨਹੀਂ ਲਿਖਿਆ ਹੋਣਾ, ਤੂੰ ਈਮੇਲ ਨਹੀਂ ਲਿਖੀ ਹੋਣੀ, ਤੇ ਇਹ ਕਹਿੰਦੀ ਸਰ ਵੀ ਸਾਰੀ ਮੈਂ ਸਭ ਕੁਛ ਹੀ ਲਿਖਿਆ ਆ, ਜੋ ਉਹਨਾਂ ਨੇ ਪੁੱਛਿਆ ਸੀ ਫਾਰਮ ਨੰਬਰ ਵੀ ਸਹੀ ਸੀ, ਈਮੇਲ ਆਈ ਡੀ ਵੀ ਸਹੀ ਸੀ, ਤੇ ਕਹਿੰਦਾ ਤੈਨੂੰ ਹੀ ਕੱਲ ਹੀ ਪ੍ਰੋਬਲਮ ਆਉਂਦੀ ਆ, ਬਾਕੀਆਂ ਨੂੰ ਤਾਂ ਕਿਸੇ ਨੂੰ ਆਉਂਦੀ ਨੀ, ਤੂੰ ਤੈਨੂੰ ਹਰ ਵਾਰੀ ਪ੍ਰੋਬਲਮ ਆਉਂਦੀ, ਜਦੋਂ ਵੀ ਦੇਖੋ ਤੇਰੀ ਪ੍ਰੋਬਲਮ ਬਣਦੀ ਆ। ਫਿਰ ਕਹਿੰਦਾ ਜਾ ਉਹ ਕੱਲ ਨੂੰ ਹਰਨੂਰ ਸਿੰਘ ਨੇ ਆਉਣਾ, ਉਹਨੂੰ ਕੱਲ ਨੂੰ ਪੁੱਛ ਲਈ, ਮੈਨੂੰ ਨੀ ਕੋਈ ਵੀ ਪਤਾ, ਏਦਾਂ ਝਿੜਕ ਝੁੜਕ ਕੇ ਉਹਨੂੰ ਭੇਜ ਦਿੱਤਾ। ਉਹ ਤੋਂ ਬਾਅਦ ਗਈ ਆ ਇਹ ਗੱਲ ਸ਼ਨੀਚਰਵਾਰ ਦੀ ਆ, ਉਹ ਫਿਰ ਸ਼ਨੀਚਰਵਾਰ ਸ਼ਾਮ ਨੂੰ ਘਰ ਆ ਗਈ, ਜਦੋਂ ਸ਼ਾਮ ਨੂੰ ਘਰ ਆਈ ਤੇ ਸੰਡੇ ਰਹੀ ਆ, ਸੋਮਵਾਰ ਨੂੰ ਡੈਡੀ ਇਹਨੂੰ ਛੱਡ ਕੇ ਆਏ 6:45 ਸਵੇਰੇ ਹੋਸਟਲ ਛੱਡਿਆ ਏ। ਉਸ ਤੋਂ ਬਾਅਦ ਨੀ ਉਹਦਾ ਸਾਨੂੰ ਕੋਈ ਫੋਨ ਆਇਆ, ਅਸੀਂ ਬਥੇਰੇ ਫੋਨ ਕੀਤੇ, ਬਹੁਤ ਫੋਨ ਕੀਤੇ, ਫਿਰ ਡੈਡੀ ਕਹਿੰਦੇ ਵੀ ਤੂੰ ਜਾ ਕੇ ਆ, ਅਸੀਂ ਜਾਣੀ ਕਿ ਕਾਫੀ ਫੋਨ ਕੀਤੇ, ਡੈਡੀ ਨੇ ਵੀ ਕੀਤੇ, ਮੇਰੇ ਬ੍ਰਦਰ ਨੇ ਵੀ ਕੀਤੇ, ਉਹਨਾਂ ਨੂੰ ਤਾਂ ਜਾ ਕੇ ਮੈਂ ਇਨਫੋਰਮ ਕੀਤਾ ਅੱਛਾ ਵੀ ਦੇਖੋ ਤੁਹਾਡੇ ਹੋਸਟਲ ਚ ਕੀ ਹੋਇਆ। ਜਦੋਂ ਮੈਂ ਗਈ ਉੱਥੇ ਕੋਈ ਆਲੇ ਦੁਆਲੇ ਕੋਈ ਅੱਗੇ ਕਲਾਸ ਫੋਰ ਮੈਨੂੰ ਮਿਲਦੀਆਂ ਸੀ, ਕੋਈ ਕਲਾਸ ਫੋਰ ਨਹੀਂ ਸੀ, ਕੋਈ ਬੱਚਾ ਨਹੀਂ ਸੀ, ਜਿੱਦਾਂ ਇਹ ਤੀਜੀ ਮੰਜ਼ਿਲ ਤੇ ਰਹਿੰਦੀ ਸੀ, ਮੈਨੂੰ ਉੱਥੋਂ ਕੋਈ ਕੁਛ ਕੋਈ ਨੀ ਲੱਭਿਆ, ਜਾਣੀ ਕਿ ਨਾ ਕੋਈ ਬੱਚਾ ਨਾ ਕੋਈ ਕਲਾਸ ਫੋਰ। ਅੱਗੇ ਮੈਨੂੰ ਆਮ ਤੌਰ ਤੇ ਬੱਚੇ ਵੀ ਮਿਲਦੇ ਆ, ਕਲਾਸ ਫੋਰਾਂ ਵੀ ਮਿਲਦੀਆਂ, ਤੀਜੀ ਕੋਈ ਦੂਜੀ ਮੰਜ਼ਿਲ ਤੇ ਕੋਈ, ਉਹ ਮੈਨੂੰ ਵਿਸ਼ ਵੀ ਕਰਦੀਆਂ ਹੁੰਦੀਆਂ ਸੀ, ਜਾਣਦੀਆਂ ਸੀ, ਤੇ ਉੱਧਰ ਮੈਨੂੰ ਕੋਈ ਨੀ ਮਿਲਿਆ। ਮੈਂ ਹੈਰਾਨ ਵੀ ਅੱਜ ਇੱਥੇ ਸ਼ਾਂਤੀ, ਹੋਲੀ ਦਾ ਦਿਨ ਅੱਜ ਤਾਂ ਇੱਥੇ ਰੌਲਾ ਰੱਪਾ ਹੋਣਾ ਚਾਹੀਦਾ ਸੀ, ਇਹ ਰੋਜ਼ ਸ਼ਾਂਤੀ ਬੜੀ ਆ, ਪਰ ਮੈਨੂੰ ਵਿੱਚੋਂ ਵਿਚਲੀ ਗੱਲ ਦਾ ਕੀ ਪਤਾ ਸੀ। ਮੈਂ ਓਦਾਂ ਮਨ ਚ ਸੋਚਦੀ ਸੀ ਪਰ ਮੈਂ ਖੁਸ਼ ਬੜੀ ਸੀਗੀ ਵੀ ਮੈਂ ਬਹੁਤ ਸੋਹਣੇ ਟਾਈਮ ਨਾਲ ਬੇਟੀ, ਮੈਂ 11:30 ਉੱਥੇ ਪਹੁੰਚ ਗਈ। ਮੈਂ ਕਿਹਾ ਚਲੋ ਹੁਣ ਦਿਨ ਵੀ ਵੱਡੇ ਆ ਵੀ ਚੱਲ ਅੱਜ ਮੈਂ, ਅੱਗੇ ਮੈਂ ਲੇਟ ਹੋ ਜਾਂਦੀ ਸੀ, ਉਹਦੇ ਤੱਕ ਪਹੁੰਚਦੀ 2:30 ਵੱਜ ਜਾਣੇ, ਫਿਰ ਮੈਂ ਉਹਨੂੰ ਕਹਿਣਾ, ਮੈਂ ਕਹਿਣਾ 3 ਵਜੇ ਮੈਂ ਵਾਪਸ ਮੁੜ ਜਾਣਾ, ਉਹ ਮੈਨੂੰ ਕਹਿੰਦੀ ਮੰਮੀ ਤੂੰ ਆਉਂਦੀ ਉਸੇ ਵੇਲੇ ਚੱਲ ਜਾਂਦੀ ਆ, ਤੇ ਤੂੰ ਕਹਿੰਦੀ ਹਨੇਰਾ ਹੋ ਜਾਣਾ। ਮੈਨੂੰ ਸੀਗਾ ਵੀ ਐਤਕੀ ਮੈਂ ਉਹਦੇ ਕੋਲ 2.5-3 ਘੰਟੇ ਗੱਲਾਂ ਕਰਕੇ ਆਊਂਗੀ, ਮੇਰੇ ਕੋਲ ਹੁਣ ਬਹੁਤ ਟਾਈਮ ਆ। ਹਾਂਜੀ, ਤੇ ਜਦੋਂ ਮੈਂ ਦਰਵਾਜ਼ਾ ਉੱਪਰ ਚਲੀ ਗਈ, ਜਦ ਦਰਵਾਜ਼ਾ ਖੜਕਾਇਆ ਉਹ ਖੋਲੇ ਨਾ, ਮੈਂ ਕਿਹਾ ਵੀ ਸ਼ਾਇਦ ਕਲਾਸ ਫੋਰ ਨਾ ਸਮਝਦੀ ਹੋਵੇ ਵੀ ਉਹ ਖੜਕਾਉਂਦੀ ਆ। ਮੈਂ ਫਿਰ ਆਵਾਜ਼ਾਂ ਮਾਰੀਆਂ, ਮੈਂ ਕਿਹਾ ਪੰਪੋਸ਼ ਪੰਪੋਸ਼ ਪਿੰਕੂ, ਦਰਵਾਜ਼ਾ ਖੋਲ ਦਰਵਾਜ਼ਾ ਖੋਲ, ਖੜਕਾਉਂਦੀ ਸੀ। ਮੈਂ ਤਾਂ ਸਮਝਿਆ ਅੰਦਰੋਂ ਬੰਦ, ਜਿੱਦਾਂ ਆਮ ਬੱਚੇ ਉਹ ਲਾ ਕੇ ਹੀ ਰੱਖਦੇ, ਸਾਰੇ ਉੱਥੇ ਰਿਵਾਜ਼ ਹੀ ਆ ਵੀ ਬੱਚੇ ਅੰਦਰੋਂ ਕੁੰਡੀਆਂ ਲਾ ਕੇ ਹੀ ਰੱਖਦੇ ਆ, ਤੇ ਬਾਹਰਲੇ ਪਾਸੇ ਉਹਦੇ ਨਾਲ ਖਾਲੀ ਸਪੇਸ ਆ। ਮੈਂ ਉੱਧਰੋਂ ਦੀ ਜਾ ਕੇ ਤਾਕੀ ਵੱਲ, ਜਿੱਧਰ ਉਹਦਾ ਸਰਾਣਾ ਉੱਧਰ ਦੀ ਤਾਕੀ ਵਿੱਚ ਆਵਾਜ਼ਾਂ, ਤਰਾਕੀ ਤਾਂ ਬੰਦ ਸੀ ਉੱਦਾਂ, ਵੈਸੇ ਮੈਂ ਆਵਾਜ਼ਾਂ ਮਾਰੀਆਂ ਵੀ ਮੈਂ ਕਿਹਾ ਸ਼ਾਇਦ ਉਹਨੂੰ ਇੱਧਰੋਂ ਹੀ ਸੁਣ ਜਾਵੇ। ਮੈਂ ਫਿਰ ਕਿਹਾ ਪੰਪੋਸ਼ ਪੰਪੋਸ਼ ਤੂੰ ਉੱਠਦੀ ਗੱਲ ਹੀ ਨਹੀਂ, ਜਲਦੀ ਕਰ ਉੱਠ। ਮੈਂ ਆ ਗਈ ਆ ਤੇ ਉਹ ਫੇਰ ਵੀ ਨਾ ਬੋਲੀ। ਫਿਰ ਮੈਂ ਡੈਡੀ ਨੂੰ ਕਿਹਾ, ਮੈਂ ਫੋਨ ਕੀਤਾ ਇਹਨਾਂ ਨੂੰ ਡੈਡੀ ਨੂੰ, ਮੈਂ ਕਿਹਾ ਪੰਪੋਸ਼ ਦਰਵਾਜ਼ਾ ਨਹੀਂ ਖੋਲਦੀ। ਇਹ ਕਹਿੰਦੇ ਅੱਛਾ। ਫਿਰ ਮੇਰੇ ਦਿਮਾਗ 'ਚ ਗੱਲ ਆਈ, ਉਹ ਕਹਿੰਦੇ ਕਿਉਂ ਨਹੀਂ ਖੋਲਦੀ ਹੋਊਗੀ, ਇਹ ਤਾਂ ਮਿੰਟ 'ਚ ਹੀ ਖੋਲ ਦਿੰਦੀ ਆ। ਫਿਰ ਮੈਂ ਸੋਚਿਆ ਹੁਣ ਕੀ ਕਰਾਂ, ਫਿਰ ਮੈਂ ਸੋਚਿਆ ਵੀ ਚਲੋ ਧੱਕਾ ਮਾਰ ਕੇ ਦੇਦੀ ਆ, ਜੇ ਮੈਂ ਧੱਕਾ ਮਾਰਿਆ ਤਾਂ ਦਰਵਾਜ਼ਾ ਖੁੱਲ ਗਿਆ। ਮੈਂ ਖੁਸ਼ ਹੋ ਗਈ, ਮੈਂ ਕਿਹਾ ਚਲੋ ਵੀ ਸ਼ੁਕਰ ਆ ਪੰਪੋਸ਼ ਉੱਠੀ ਜਾਗ ਗਈ। ਤੇ ਜਦੋਂ ਮੈਂ ਥੋੜੀ ਜਿਹੀ ਹੋਰ ਅੱਗੇ ਹੋਈ, ਮੈਨੂੰ ਲਾਸ਼ ਦੇ ਸੀ ਲਟਕਦੀ, ਮੈਨੂੰ ਤਾਂ ਸਮਝ ਨਾ ਆਵੇ, ਮੇਰੀਆਂ ਚੀਕਾਂ ਨਿਕਲ ਗਈਆਂ, ਮੈਂ ਉੱਚੀ ਉੱਚੀ ਰੋਣ ਲੱਗ ਪਈ, ਚੀਕਾਂ ਮਾਰੀਆਂ ਵੀ ਆਹ ਕੀ ਹੋ ਗਿਆ। ਜਦੋਂ ਮੈਂ ਦੇਖਿਆ ਬੈੱਡ ਤੇ, ਜਾਣੀ ਕਿ ਜਦੋਂ ਧਰਤੀ ਤੋਂ ਕਾਫੀ ਉੱਚੇ ਉਹਦੇ ਪੈਰ ਲਟਕਦੇ ਸੀ, ਥੱਲੇ ਬੈੱਡ ਆਪਣੀ ਜਗ੍ਹਾ ਜਿੱਦਾਂ ਕੰਧ ਦੇ ਨਾਲ ਹੀ ਲੱਗਾ ਸੀ, ਥੱਲੇ ਕੋਈ ਸਟੂਲ ਨੀ, ਕੋਈ ਛੇੜਛਾੜ ਨੀ, ਜਿੱਥੇ ਉਹਦਾ ਸਮਾਨ ਜਿੱਦਾਂ ਅੱਗੇ ਪਿਆ ਹੁੰਦਾ ਸੀ ਉੱਥੇ ਹੀ ਸਾਰਾ ਸਮਾਨ ਪਿਆ। ਫਿਰ ਮੈਂ 2 ਬੱਚੇ ਇਹਨੂੰ, ਇੱਕ ਕੁੜੀ ਸੀ ਉਹਨੂੰ ਮੈਂ ਕਿਹਾ ਉਰਿਆ ਉਰਿਆ, ਕਾਫੀ ਦੂਰ ਸੀ, ਉਹਨੂੰ ਮੈਂ ਇਸ਼ਾਰਾ ਹੀ ਕੀਤਾ, ਮੈਂ ਕਿਹਾ ਉਰਿਆ, ਰੋਂਦੀ ਰੋਂਦੀ ਮੈਂ ਚੀਕਾਂ ਮਾਰਦੀ। ਉਹ ਜਦੋਂ ਮੈਂ ਉਹਨੂੰ ਇਸ਼ਾਰਾ ਕੀਤਾ ਉਹ ਆ ਗਈ, 2 ਕੁੜੀਆਂ ਹੋਰ ਉੱਧਰੋਂ ਵੀ ਆਈਆਂ ਬਾਅਦ 'ਚ। ਫਿਰ ਮੈਂ ਕਿਹਾ ਆਹ ਦੇਖੋ ਕੀ ਹੋਇਆ ਹੋਸਟਲ 'ਚ, ਮੈਂ ਕਿਹਾ ਵਾਰਡਨ ਨੂੰ ਫੋਨ ਕਰੋ। ਫਿਰ ਉਹਨੇ ਫੋਨ ਕੀਤਾ, ਫਿਰ ਹੋਸਟਲ ਸੁਪਰਡੈਂਟ ਆਪਣੇ ਨਾਲ ਕੋਈ 10-15 ਬੰਦੇ ਲੈ ਕੇ ਆਇਆ। ਉਹਨੇ ਪੁਲਿਸ ਆਉਣ ਤੋਂ ਪਹਿਲਾਂ ਜਿਹੜੀ ਲਾਸ਼ ਆ ਲਾਹ ਕੇ ਬੈੱਡ ਤੇ ਰੱਖਤੀ। ਉਹ ਲਾਸ਼ ਵੀ 3 ਚੁੰਨੀਆਂ ਨਾਲ ਬੰਨੀ ਸੀਗੀ, ਇੱਕ ਨਾਲ ਤਾਂ ਗਲਾ ਘੁੱਟਿਆ ਸੀ, 2 ਚੁੰਨੀਆਂ ਜਿਹੜੀਆਂ ਆ ਉੱਪਰ ਪੱਖੇ ਨਾਲ ਬੰਨੀਆਂ ਸੀ, ਪੱਖੇ ਨਾਲ ਬੰਨ ਕੇ ਉਹਦਾ ਗਲਾ ਘੁੱਟ ਕੇ ਫਿਰ 3ਜੀ ਚੁੰਨੀ ਨਾਲ ਉਹਨੂੰ ਬੰਨਿਆ ਸੀ। ਫਿਰ ਹੋਸਟਲ ਸੁਪਰਡੈਂਟ ਨੇ ਕੀ ਕੀਤਾ, ਜਿਹੜੀ ਉਹ ਚੁੰਨੀ ਸੀਗੀ ਉਹ 2 ਚੁੰਨੀਆਂ ਚੱਕ ਕੇ ਬੈੱਡ ਤੇ ਰੱਖ ਦਿੱਤੀਆਂ, ਫਿਰ 3ਜੀ ਚੁੰਨੀ ਜਿਹੜੀ ਉਹਦੇ ਨਾਲ ਗਲ ਘੁੱਟਿਆ ਸੀ ਉਹ ਉੱਥੇ ਰਹਿਣ ਦਿੱਤੀ, ਉਹਨੂੰ ਬੈੱਡ ਤੇ ਰੱਖ ਦਿੱਤਾ। ਫਿਰ ਇਹਦੇ ਕਰੀਬ 10 ਮਿੰਟ ਬਾਅਦ ਫਿਰ ਪੁਲਿਸ ਆਈ ਆ। ਤੇ ਫਿਰ ਪੁਲਿਸ ਆਉਣ ਤੋਂ ਬਾਅਦ ਫਿਰ ਜਾਣੀ ਕਿ ਫਿਰ ਡੈਡੀ ਹੋਣੀ ਵੀ ਦੇਖਣ ਲੱਗ ਪਏ। ਹੁਣ ਉਹਨਾਂ ਨੇ ਸਾਨੂੰ ਕੱਲ 11 ਤਰੀਕ ਨੂੰ ਉੱਥੇ ਕਹਿੰਦੇ ਆਓ ਵੀ ਫੋਰੈਂਸਿਕ ਜਾਂਚ ਹੋਣੀ ਹੈ। तो इन्होंने उस दिन लॉक ला के चाबी अपने को रख ली साढ़े सामने कहते आ चाबी असी अपने को रखते हाँ लॉक ला लिया। हाँ जी तो जेडे मेरे पेरेंट्स के होर रिश्तेदार गए उन्होंने ही नहीं अपने मोबाइल कहते रख के जाओ मोबाइल नहीं अंदर जान देने। अच्छा। ते मोबाइल भी नहीं इन्होंने अंदर जान दिते पर कल जान देते। फिर असी मैं इस गल तो भी इन्होंने कहा भी जे रूल है तो रूल होना चाहिए उदन तो असी मोबाइल नहीं आने दिते अज किद्दां आ गए। उदन तो असी किसी का मोबाइल नहीं अंदर आने दिता तो अज किद्दां आ गए। तो रूल तो रूल ही है जे उदन ये रूल सी अज भी उही होना चाहिए सी अज किद्दां मोबाइल अंदर आ गए। तो फिर मैनू जदों उन्होंने फिर लॉक खोलिया मैनू कहंदे देखो जी समान इदां ही सीगा कमरा इदां ही सी मैनू तो अग लगी। मैं कहा आह की कीता तुसीं आ बैड जिहड़ा है तुसीं चक के बिल्कुल पखे दे थल्ले रख दिता जिहड़ा गद्दे ते समान बैड ते समान पिया सी गद्दा वगैरा उहनूं फोल्ड कर दिता अपने जितों भी उच्चा जिहा बनाता। कुर्सी दी पोजीशन भी चेंज कर दित्ती वो भी ओहदे जिधर बैड दा जानी के तुसीं कोई फोटो खिच लैंदे पर किहड़ा याद हुंदा है जिहा माहौल च की करिए है ना ਉਦੋਂ ਜਦੋਂ ਇਨਸੀਡੈਂਟ ਹੋਇਆ ਮੈਂ ਉਦੋਂ ਫੋਟੋ ਖਿੱਚ ਲੈਣੀ ਜਦੋਂ ਇਨਸੀਡੈਂਟ ਹੋਇਆ ਉਦੋਂ ਤੁਸੀਂ ਫੋਟੋਆਂ ਖਿੱਚ ਲੈਣੀਆਂ ਸੀ ਪਰ ਹੁਣ ਉਦੋਂ ਇਸ ਟਾਈਮ ਪਰ ਇਦਾਂ ਵੀ ਮੈਨੂੰ ਚਿੰਗੜਾ ਪਿਆ ਹੋਊਗਾ। ਹਾਂ ਨਹੀਂ ਮੈਂ ਤਾਂ ਉੱਥੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਮੈਨੂੰ ਹਨੇਰਾ ਅੱਖਾਂ ਮੋੜੇ ਆ ਜਾਵੇ ਫਿਰ ਮੈਨੂੰ ਪਤਾ ਨਾ ਲੱਗੇ। ਮੈਂ ਤਾਂ ਫੋਨ ਵੀ ਜਿੱਦਾਂ ਮੈਨੂੰ ਐਨਕ ਤੋਂ ਬਿਨਾਂ ਦਿਸਦਾ ਨਹੀਂ ਮੈਨੂੰ ਇਹ ਵੀ ਨਹੀਂ ਸੀ ਵੀ ਮੈਂ ਕੋਈ ਐਨਕ ਹੀ ਬੈਗ ਚੋਂ ਕੱਢ ਲਵਾਂ। ਮੈਂ ਤਾਂ ਜਿੱਦਾਂ ਡੈਡੀ ਦਾ ਮੈਨੂੰ ਜਵਾਬ ਸੀ ਜਵਾਨੀ ਉਹ ਇਦਾਂ ਆਪਾਂ ਮਿਲਾ ਕੇ ਕਰ ਲਿਆ ਕਿਉਂਕਿ ਉਹ ਅੱਖਰ ਮੋਟੇ ਆ ਜਾਂਦੇ ਆ। ਇੱਕ ਦੋ ਰਿਸ਼ਤੇਦਾਰਾਂ ਨੂੰ ਹੋਰ ਕੀਤਾ ਉਹ ਸੀਗਾ ਉਹਨਾਂ ਨੇ ਪਹਿਲਾਂ ਮੈਨੂੰ ਸਵੇਰੇ ਫੋਨ ਆਇਆ ਜੀ ਇਹ ਦੱਸੋ ਵੀ ਇਹ ਹੁਣ ਇੱਕ ਜਿਹੜੇ ਹੋਰ ਬੰਦੇ ਤੁਸੀਂ ਇਨਵੋਲਵ ਕਹਿੰਦੇ ਸੀ ਵੀ ਇਹ ਚ ਹੈਗੇ ਨੇ ਜਾਂ ਨਹੀਂ ਪਾਏ ਉਹ ਪਾਏ ਇਹਨਾਂ ਨੇ ਕਿ ਨਹੀਂ ਨਹੀਂ ਪਾਏ ਜੀ। फ्री सेवा जी हां पंजाबी भैणां ते भरावां लई एक सुनेहा अजिहा कि जिस नूं पढ़ ते सुण तुसीं बदल सकदे हो अपनी जिंदगी। इस नूं ना समझना कोई इश्तिहार। दुनिया भर दे विच तुसीं घुम्मे होणे जोतशी मौलवियां तांत्रिकां ते बाबियां कोल पर नहीं जे बणिया हल तां मैं करांगा तुहाडीआं सारीआं समस्यावां दे हल। परेशानी जिवें अड्डा पति जां बेटा किसी होर हत्थां विच है घर विच कलेश रहिंदा है बच्चे मनमानी करदे ने पति पत्नी दी बणदी ना होवे जां फिर विदेश दे विच पक्का होना होवे तुसी कर्जे तो परेशान हो या लॉटरी वास्ते पैसा बर्बाद कर चुके हो तुहाडी किस्मत विच लॉटरी है जां नहीं ए भी पता करो मेरे कोलों। प्यार विच धोखा नौकरी कारोबार च परेशानी जमीन जायदाद दी समस्या वशीकरण करवाना जां तुड़वाना परेशानी जिवें सौतन तो छुटकारा नवग्रह पूजा मंगल दोष पूजा नशा मुक्ति जां फिर शरीर दा कोई भी कष्ट होवे मैं हर तरह दा कष्ट जां हर तरह दी परेशानी करांगा दूर ते इस केस दे विच मिलेगी तुहानू हर पासेओं सफलता। तुहाडी जिंदगी विच जेकर कोई दुख जां परेशानी है बात तुसी करना है ते रस्ता असीं देंगे समस्या कोई भी होवे पर फीस कोई नहीं। जेकर माता नूं मानदे हो तां इक बार जरूर फोन करो मोबाइल नंबर 7973822721 पंडित श्री जी 100% गारंटी नाल पाओ हर परेशानी दा हल।